ਸਾਰੇ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ YouTube ਚੈਨਲ एग्जाम ਜਵਾਬ ਦੇ ਉਤੇ ਤੇ ਦੋਸਤੋ ਵੀਡੀਓ ਦੇ ਵਿੱਚ ਪੀ ਟ੍ਰਿਪਲ ਐਸ ਵੀ ਦੇ ਬਾਰੇ ਗੱਲ ਕਰਾਂਗੇ ਤੇ ਇਹਨਾਂ ਦੀ ਇੱਕ ਪੋਸਟ ਸੀ ਜੀ ਜੋ ਕਲਰਕ ਦੀ ਕਲਰਕ ਲੀਗਲ ਦੀ ਪੋਸਟ ਹੈ ਤੇ ਇਹਨਾਂ ਦੀ ਫਾਈਨਲ ਆਨਸਰ ਕੀ ਤੇ ਇਹਨਾਂ ਦਾ ਰਿਜ਼ਲਟ ਆਊਟ ਹੋ ਚੁੱਕਿਆ ਹੈ ਤੇ ਤੁਸੀਂ ਇਹ ਰਿਜ਼ਲਟ ਨੂੰ ਕਿਵੇਂ ਚੈੱਕ ਕਰ ਸਕਦੇ ਹੋ ਤੇ ਫਾਈਨਲ ਆਨਸਰ ਕੀ ਨੂੰ ਕਿਵੇਂ ਤੁਸੀਂ ਦੇਖਣਾ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਜਾਣੋਗੇ ਤੇ ਉਸ ਤੋਂ ਪਹਿਲਾਂ ਪਲੀਜ਼ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਅਤੇ ਬਲੇਕ ਨੂੰ ਪ੍ਰੈਸ ਕਰ ਦਿਓ ਤੇ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਇੱਥੇ ਦੇਖ ਸਕਦੇ ਹੋ 8 ਤਰੀਕ ਦੇ ਨੋਟੀਫਿਕੇਸ਼ਨ ਦੋ ਆ ਰਹੇ ਹਨ ਪੀਟਰ ਪੀਐਸਵੀ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਰਿਜ਼ਲਟ ਨੂੰ ਡਾਊਨਲੋਡ ਕਰਾਂਗੇ ਤੇ ਜਿਨ੍ਹਾਂ ਵੀ ਕੈਂਡੀਡੇਟ ਨੇ ਕਲਰਕ ਲੀਗਲ ਦਾ ਐਗਜ਼ਾਮੀਨੇਸ਼ਨ ਦਿੱਤਾ ਸੀ ਉਹ ਇੱਥੇ ਰਿਜ਼ਲਟ ਨੂੰ ਚੈੱਕ ਕਰ ਸਕਦੇ ਨੇ ਤੇ ਚਲੋ ਡਾਊਨਲੋਡ ਕਰਦੇ ਹਾਂ ਪੀਡੀਐਫ ਨੂੰ ਤੇ ਪੀਡੀਐਫ ਇੱਥੇ ਸਾਡੇ ਡਾਊਨਲੋਡ ਹੋ ਜਾਵੇਗੀ ਤੇ ਦੇਖ ਸਕਦੇ ਹੋ ਕਿ ਪੀਡੀਐਫ ਓਪਨ ਹੋ ਰਹੀ ਹੈ ਸਾਡੀ ਤੇ ਇੱਥੇ ਪੀਡੀਐਫ ਸਾਡੀ ਓਪਨ ਹੋ ਚੁਕੀ ਹੈ ਤੇ ਸਭ ਤੋਂ ਪਹਿਲਾਂ ਜੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਿ ਰੋਲ ਨੰਬਰ ਵਾਈਜ਼ ਦਾ ਰਿਜ਼ਲਟ ਫੋਰ ਦੀ ਟੈਸਟ ਕਲਰਕ ਲੀਗਲ ਕੰਡਕਟ 872023 ਨੂੰ ਤੁਹਾਡਾ ਇੱਥੇ ਜੋ ਪੇਪਰ ਲਿਆ ਗਿਆ ਸੀ ਜਾਨੀ ਕਿ ਜੁਲਾਈ ਮਹੀਨੇ ਦੇ ਪੂਰੇ ਮਹੀਨੇਵਾ ਦੇ ਜੋ ਰਿਜ਼ਲਟ ਹੈ ਆਊਟ ਹੋ ਚੁੱਕਾ ਹੈ ਤੇ ਮਹੀਨਾ ਹੋ ਚੁੱਕਾ ਹੈ ਜੀ ਪੇਪਰ ਨੂੰ ਕੰਡਕਟ ਹੋਏ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਨੂੰ ਕਿਵੇਂ ਚੈੱਕ ਕਰਨਾ ਹੈ ਸਭ ਤੋਂ ਪਹਿਲਾਂ ਜੀ ਸੀਰੀਅਲ ਨੰਬਰ ਰੋਲ ਨੰਬਰ Application number, candidate name, father name, mother name. ਤੇ ਕੈਂਡੀਡੇਟ ਮੇਲ ਹੈ ਫੀਮੇਲ ਹੈ ਡੇਟ ਆਵਰਟ ਕੈਂਡੀਡੇਟ ਦੀ ਕੈਟਾਗਰੀ ਕਿਹੜੀ ਹੈ ਕੈਂਡੀਡੇਟ ਐਬਸੈਂਸੀਜ਼ ਕੈਂਡੀਡੇਟ ਜੋ ਐਲੀਜੀਬਲ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਉਸ ਤੋਂ ਬਾਅਦ ਪੰਜਾਬੀ ਪੇਪਰ A ਦੇ ਵਿੱਚੋਂ ਕਿੰਨੇ ਨੰਬਰ ਹਨ ਪੇਪਰ B ਦੇ ਵਿੱਚੋਂ ਕਿੰਨੇ ਨੰਬਰ ਹਨ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਇਹ ਸਾਰੇ ਕੈਂਡੀਡੇਟ ਦਾ ਇਸ ਦੇ ਵਿੱਚ ਜੋ ਰਿਜ਼ਲਟ ਹੋਵੇਗਾ ਜਿਹੜੇ ਕੈਂਡੀਡੇਟ ਐਬਸੈਂਟ ਵੀ ਹੋਣਗੇ ਉਹਨਾਂ ਦੇ ਵੀ ਇੱਥੇ ਨਾਮ ਹੋਵੇਗਾ ਤੇ ਜਿਹੜੇ ਕੈਂਡੀਡੇਟ ਪੇਪਰ A ਦੇ ਵਿੱਚੋਂ ਫੇਲ ਹੋਣਗੇ ਉਹਨਾਂ ਦਾ ਪੇਪਰ B ਚੈੱਕ ਨਹੀਂ ਹੋਇਆ ਹੋਵੇਗਾ ਇਸੇ ਕਰਕੇ ਉਹਨਾਂ ਦੇ ਇੱਥੇ ਜੋ ਪੇਪਰ ਬੀ ਦੇ ਵਿੱਚ ਰਿਜ਼ਲਟ ਨਹੀਂ ਹੋਣਗੇ ਤੇ ਇੱਥੇ ਤੁਹਾਨੂੰ ਸ਼ੋ ਹੋਵੇਗਾ ਜੋ ਨੋਟ ਅਵੇਲੇਬਲ ਜਿਵੇਂ ਕਿ ਇੱਥੇ ਬਹੁਤ ਸਾਰੇ ਕੈਂਡੀਡੇਟ ਦੇ ਇੱਥੇ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਜਿਵੇਂ ਕਿ ਇਹਨਾਂ ਦੇ ਪੇਪਰ ਏ ਦੇ ਵਿੱਚ 21 ਨੰਬਰ ਹਨ ਤੇ ਪੇਪਰ ਬੀ ਦੇ ਵਿੱਚ ਇਹਨਾਂ ਦੇ ਜਿੰਨੇ ਮਰਜ਼ੀ ਨੰਬਰ ਹੋਣਗੇ ਕਿ ਇਹ ਪੇਪਰ ਏ ਦੇ ਵਿੱਚ ਜੋ ਫੇਲ ਹਨ ਇਸੇ ਕਰਕੇ ਪੇਪਰ ਬੀ ਇਹਨਾਂ ਦਾ ਚੈੱਕ ਨਹੀਂ ਕੀਤਾ ਗਿਆ ਤੇ ਇੱਥੇ ਸਾਰੇ ਕੈਂਡੀਡੇਟ ਆਪਣੇ ਜੋ ਰਿਜ਼ਲਟ ਨੂੰ ਚੈੱਕ ਕਰ ਸਕਦੇ ਨੇ ਤੇ ਦੋਸਤੋ ਟੋਟਲ 73 ਪੇਜ ਨੇ ਇਸ ਪੀਡੀਐਫ ਦੇ ਤੇ ਇਹ ਪੀਡੀਐਫ ਤੁਹਾਨੂੰ ਟੈਲੀਗ੍ਰam ਚੈਨਲ ਤੇ ਵੀ ਮਿਲ ਜਾਵੇਗੀ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਵੇਗਾ ਤੁਹਾਨੂੰ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਸ ਪੀਡੀਐਫ ਨੂੰ ਚੈੱਕ ਕਰ ਸਕਦੇ ਹੋ ਤੇ ਰਿਜ਼ਲਟ ਨੂੰ ਦੇਖ ਸਕਦੇ ਹੋ ਤੇ ਇਸ ਦੇ ਵਿੱਚ ਟੋਟਲ ਕਿੰਨੇ ਕੈਂਡੀਡੇਟ ਨੇ ਫਾਰਮ ਭਰਿਆ ਹੋ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਥੱਲੇ ਤੇ ਦੋਸਤੋ ਇਸ ਦੇ ਵਿੱਚ ਟੋਟਲ 2000 ਕੈਂਡੀਡੇਟ ਜਾਨੀ ਕਿ 2058 ਕੈਂਡੀਡੇਟ ਹਨ ਜਿਨ੍ਹਾਂ ਨੇ ਇਸ ਦੇ ਵਿੱਚ ਫਾਰਮ ਨੂੰ ਭਰਿਆ ਸੀ ਇਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜੋ ਕਿ ਫੇਲ ਹਨ ਤੇ ਐਬਸੈਂਟ ਵੀ ਹਨ ਤੇ ਇਸ ਦੇ ਵਿੱਚੋਂ ਮਸਾਂ ਹੀ ਦੇਖ ਸਕਦੇ ਹੋ ਕਿ ਸਾਰੇ ਸੀਰੀਜ਼ ਜੋ ਕੈਂਡੀਡੇਟ ਦੀ ਹੈ ਇਹ ਐਬਸੈਂਟ ਦੀ ਸੀਰੀਜ਼ ਹੈ ਤੇ ਵਿੱਚ ਕੈਂਡੀਡੇਟ ਫੇਲ ਵੀ ਹਨ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਕੈਂਡੀਡੇਟ ਫੇਲ ਹਨ ਤੇ ਮੈਨੂੰ ਲੱਗਦਾ ਹੈ ਜਿਸ ਦੇ ਵਿੱਚ ਕੈਂਡੀਡੇਟ 500 ਜਾਂ 600 ਦੇ ਵਿਚਕਾਰ ਜੋ ਕੈਂਡੀਡੇਟ ਹਨ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਅਤੇ ਜਿਹੜੇ ਪਾਸ ਹੋਏ ਹਨ ਤੇ ਆਈ ਹੋਪ ਇਸ ਦੀ ਕਟ-ਆਫ ਵੀ ਕੱਟੀ ਜਾਵੇ ਦੇ ਦੋਸਤੋ ਇਸ ਤਰ੍ਹਾਂ ਤੁਸੀਂ ਸਾਰੇ ਰਿਜ਼ਲਟ ਨੂੰ ਚੈੱਕ ਕਰ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਦੋਸਤੋ ਤੇ ਜੇਕਰ ਤੁਹਾਨੂੰ ਕੋਈ ਵੀ ਇਸ ਦੇ ਰਿਗਾਰਡਿੰਗ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਦਾ ਜਲਦੀ ਹੀ ਰਿਪਲਾਈ ਕਰ ਦੇਵਾਂਗਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ